ਹਾਂਜੀ, ਤੇ ਇੱਕ ਵਾਰ ਤੁਹਾਡਾ ਫੇਰ ਸਵਾਗਤ ਕਰਦਾ ਪਈ YouTube ਚੈਨਲ ਦਾ, ਜਿਹਦਾ ਨਾਮ ਹੈ ਜੀ ਪ੍ਰਿੰਸ ਮੁਲਤਾਨੀ। ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਸਭ ਕੁਝ ਕਰੋ। ਤੇ ਬਾਕੀ ਇਸ ਵਾਰੀ ਤਾਂ ਵੀਡੀਓ ਕਾਫੀ ਲੇਟ ਹੋ ਗਈ ਸੀਗੀ, ਕਾਫੀ ਕੀ ਜ਼ਿਆਦਾ ਹੀ ਲੇਟ ਹੋ ਗਈ, 1-2 ਮਹੀਨੇ ਹੀ ਹੋ ਗਏ ਆ ਅਤੇ 1-2 ਮਹੀਨੇ ਦਾ ਵੀਡੀਓ ਨਹੀਂ ਪਾਈ। ਥੋੜ੍ਹਾ ਇੱਧਰ ਉੱਧਰ ਬਿਜ਼ੀ ਸੀਗੇ, ਬਿਜ਼ੀ ਤਾਂ ਚਲੋ ਕਾਹਦੇ ਹੀ ਸੀਗੇ, ਅਤੇ ਅੱਜ ਵੀ ਜਿੱਥੇ ਮੈਂ ਚੱਲਿਆ ਸੀ ਉੱਥੇ ਵੀ ਥੋੜ੍ਹਾ ਬਹੁਤ ਕੰਮ ਹੀ ਸੀਗਾ। ਮੈਂ ਚਲੋ ਨਾਲ ਇੱਕ ਜਗ੍ਹਾ ਵੀ ਉੱਥੇ ਹੈਗੀ ਹੈ, ਘੁਮਾ ਲਿਆਉਂਦੇ, ਦਿਖਾ ਲਿਆਉਂਦੇ ਹੈ ਉੱਦਾਂ ਆਲਮੋਸਟ। ਉਸ ਜਗ੍ਹਾ ਬਾਰੇ ਕਈ ਗਏ ਵੀ ਹੋਣੇ ਆ, ਸੁਣਿਆ ਤਾਂ ਸਾਰਿਆਂ ਨੇ ਹੋਣਾ। ਅਤੇ ਇਹ ਉੱਦਾਂ ਜਗ੍ਹਾ ਹੈਗੀ ਹੈ ਕਾਂਜਲੀ ਵੈਟਲੈਂਡ, ਕਪੂਰਥਲਾ ਡਿਸਟ੍ਰਿਕਟ 'ਚ ਪੈਂਦੀ ਹੈ, ਜਲੰਧਰ ਤੋਂ ਹਾਰਡਲੀ 20-25 ਮਿੰਟ ਦੂਰੀ 'ਤੇ ਹੈ। ਅਤੇ ਮੇਰੇ ਖਿਆਲ ਨਾਲ ਤਾਂ ਜਲੰਧਰ ਅਤੇ ਕਪੂਰਥਲੇ ਤਾਂ ਸਾਰੇ ਗਏ ਹੋਣਗੇ ਕਾਂਜਲੀ ਵੈਟਲੈਂਡ। ਅਤੇ ਜਿਹੜਾ ਨਹੀਂ ਗਿਆ ਉਹਨੂੰ ਆਪਾਂ ਅੱਜ ਲੈ ਕੇ ਚੱਲਦੇ ਹਾਂ ਆਪਣੇ ਨਾਲ, ਅਤੇ ਇੱਥੇ ਕਾਂਜਲੀ ਵੈਟਲੈਂਡ ਤੁਹਾਨੂੰ ਦਿਖਾ ਕੇ ਲੈ ਕੇ ਆਉਂਦੇ ਹਾਂ। 1 hour later. ਇਹ ਹੈਗੀ ਆ ਕਾਂਜਲੀ ਵੈਟਲੈਂਡ ਦੀ ਐਂਟਰੀ ਹੈ, ਅਤੇ ਐਂਟਰੀ ਵੀ ਕਾਫੀ ਸੋਹਣੀ ਬਣਾ ਦਿੱਤੀ ਗਈ ਹੈ। ਅਤੇ ਬਾਕੀ ਹੁਣ ਅੰਦਰ ਚੱਲਦੇ ਹਾਂ, ਦੇਖਦੇ ਹਾਂ ਕੀ ਕੁਛ ਹੈਗਾ ਅੰਦਰ ਜਾ ਕੇ। ਇੱਥੇ ਗੱਡੀਆਂ ਦੇ ਬਾਹਰ ਹੀ ਆ ਕਿਉਂਕਿ ਇੱਥੇ ਲਾਇਆ ਹੋਇਆ ਬੈਰੀਗੇਟ, ਅਤੇ ਅੰਦਰ ਚੱਲ ਕੇ ਦੇਖਦੇ ਹਾਂ ਬਾਕੀ। ਕਾਂਜਲੀ ਲੇਕ ਦੀ ਨਾ ਟਿਕਟ ਵੀ ਹੈਗੀ ਹੈ, ਐਂਟਰੀ ਫੀਸ ਅਡਲਟ ਦੀ 30, ਚਿਲਡਰਨ 20। ਜੇ ਕੋਈ ਕੰਟੈਂਟ ਕ੍ਰੀਏਟਰ ਹੈਗਾ ਜਾਂ ਯੂਟਿਊਬਰ ਹੈਗਾ ਉਹਦੀ 300 ਹੈ, ਅਤੇ ਪ੍ਰੀ ਪੋਸਟ ਵੈਡਿੰਗ ਦੀ 1000 ਹੈ। ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਅੰਦਰ, ਇਹ ਹੈਗੀ ਸਾਰੀ ਕਾਂਜਲੀ ਲੇਕ, ਅਤੇ ਤੁਸੀਂ ਦੇਖ ਸਕਦੇ ਹੋ ਮੈਨੂੰ ਬਹੁਤ ਹੀ ਵਧੀਆ ਲੱਗ ਰਹੀ ਹੈ ਹਜੇ ਤੱਕ ਤਾਂ ਦੇਖਣ ਨੂੰ। ਇੱਥੇ ਦੀ ਹੁਣ ਐਂਟਰੀ ਟਿਕਟ ਲੈ ਲਈ ਹੈ, 30 ਰੁਪਏ ਪਰ ਪਰਸਨ ਟਿਕਟ ਹੈਗੀ ਹੈ ਐਂਟਰੀ ਟਿਕਟ। ਬਾਕੀ ਹੱਥ ਇੱਕ ਪੂਰਾ ਕਾਲਾ ਰਹੇ ਕਿਉਂਕਿ ਧੁੱਪ ਬਹੁਤ ਹੈਗੀ ਹੈ। ਅਤੇ ਹੁਣ ਅੱਗੇ ਚੱਲਦੇ ਹਾਂ, ਅੱਗੇ ਪੂਰੀ ਲੇਕ ਦਾ ਦਿਖਾਉਂਦੇ ਹਾਂ ਤੁਹਾਨੂੰ ਕੀ ਕੁਛ ਹੈਗਾ। ਜਦੋਂ ਮੈਥੋਂ ਅੱਜ ਤੋਂ 6 ਸਾਲ ਪਹਿਲਾਂ ਆਇਆ ਸੀਗਾ ਸਾਰਾ ਹੀ ਬੰਜਰ ਅਤੇ ਜੰਗਲ ਹੀ ਸੀਗਾ, ਹੁਣ ਤਾਂ ਕਾਫੀ ਸੋਹਣਾ ਬਣਾ ਤਾ ਇਹਨਾਂ ਨੇ, ਲਾਈਟਾਂ ਲੂਟਾਂ ਪੂਰਾ। ਹੁਣ ਰਾਤ ਦਾ ਵੀ ਮਾਹੌਲ ਵਧੀਆ ਹੁੰਦਾ ਹੋਵੇਗਾ, ਹੁਣ ਇਹ ਪਤਾ ਨਹੀਂ ਹੈ। ਆ ਚੈਸ ਵਗੈਰਾ ਦਾ ਵੀ ਸਾਰਾ ਰੱਖਿਆ ਹੋਇਆ ਇੱਥੇ, ਉਹ ਕੋਈ ਨਹੀਂ ਤੁਹਾਨੂੰ ਜਾ ਕੇ ਸਾਰਾ ਘੁੰਮਾਉਂਦੇ ਆ ਕੀ ਕੁਛ ਡਿਵੈਲਪ ਕੀਤਾ ਹੈ। ਇੱਥੇ ਕਰਨ ਨੂੰ ਬੋਟਿੰਗ ਵਗੈਰਾ ਵੀ ਕਰ ਸਕਦੇ ਹੋ, 70 ਰੁਪਏ 30 ਮਿੰਟ ਦੇ ਹੈ, ਬਟ ਬੋਟ ਵਗੈਰਾ ਕੋਈ ਵੀ ਨਹੀਂ ਇੱਥੇ, ਬੋਰਡ ਹੀ ਲੱਗਾ ਕਿ ਬੋਟਿੰਗ ਦਾ। ਆ ਬੋਟਿੰਗ ਦਾ ਬੋਰਡ ਲਾਇਆ ਸੀ, ਨਾਲ ਹੀ ਬੋਟ ਲੱਭ ਗਈ ਆ, ਬੋਟ ਦੀ ਕੁਛ ਇੱਦਾਂ ਦੀ ਹਾਲਤ ਕੀਤੀ ਹੋਈ ਹੈ, ਦੇਖ ਸਕਦੇ ਹੋ। ਬਾਕੀ ਤਾਂ ਕਾਂਜਲੀ ਲੇਕ ਇਹ ਸਾਰੀ ਹੈ, ਦਿਖਾਉਂਦੇ ਹਾਂ ਇਹਦੀ ਹਿਸਟਰੀ ਥੋੜ੍ਹੀ ਬਹੁਤ ਹੀ ਹੈ, ਕੁਝ ਜ਼ਿਆਦਾ ਹੈ ਨਹੀਂ। ਪ੍ਰਵਾਸੀ ਪੰਛੀ ਵੀ ਇੱਥੇ ਕਈ ਕੁ ਵਾਰੀ ਕਦੇ ਕਦੇ ਆ ਜਾਂਦੇ ਆ, ਜਿਹੜੇ ਆਉਂਦੇ ਆ ਉਹ ਸਾਹਮਣੇ ਆ ਬੋਰਡ 'ਤੇ ਮੈਂਸ਼ਨ ਕੀਤੇ ਹੋਏ ਇਹਨਾਂ ਨੇ। ਆ ਇੱਧਰ ਜਿਹੜੀ ਲੇਕ ਹੈ ਨਾ, ਕਈ ਕੁ ਵਾਰੀ ਕਈ ਆ ਜਾਂਦੇ ਆ, ਜੇ ਸਾਨੂੰ ਵੀ ਅੱਜ ਕੋਈ ਦਿਖਣ ਨੂੰ ਮਿਲ ਗਿਆ ਤਾਂ ਉਹ ਤੁਹਾਨੂੰ ਦਿਖਾ ਦਾਂਗੇ ਇੱਥੇ। ਇਹ ਜਿਹੜਾ ਕਾਂਜਲੀ ਵੈਟਲੈਂਡ ਹੈ, ਇਹ ਜਿਹੜੀ ਕਾਂਜਲੀ ਵੈਟਲੈਂਡ ਤੁਸੀਂ ਆ ਜਿਹੜੀ ਦੇਖਦੇ ਹੋ ਨਾ, ਇਹੀ ਵੈਟਲੈਂਡ ਹੈ। ਇਹ ਹੈਂਡਮੇਡ ਹੈ, ਹਿਊਮਨ ਮੇਡ ਵੈਟਲੈਂਡ ਹੈ, ਕਿਉਂ ਇਹ 1870 'ਚ ਬਣੀ ਸੀਗੀ। ਅਤੇ ਜਿਹੜੀ ਕਾਲੀ ਬਈ ਸੀਗੀ ਜਿਹੜੀ ਬਿਆਸ ਰਿਵਰ ਨੂੰ ਟੱਚ ਕਰਦੀ ਸੀ ਨਾ, ਅਤੇ
ਉਹਨੂੰ ਹੀ ਅੱਗੇ ਇੱਥੇ ਬੈਰੇਜ ਲੱਗਾ ਹੋਇਆ ਉਹਨੂੰ ਹੀ ਉੱਥੇ ਪਾਣੀ ਰੋਕ ਕੇ ਅਤੇ ਆਹ ਬਣਾਈ ਗਈ ਸੀਗੀ ਕਾਂਜਲੀ ਵੈਟਲੈਂਡ। ਤੁਸੀਂ ਆਹ ਦੇਖ ਸਕਦੇ ਹੋ, ਬਟ ਹੁਣ ਤਾਂ ਚਲੋ ਕਹਿੰਦੇ ਕਿ ਪਹਿਲਾਂ ਸਾਰਾ ਖਰਾਬ ਹੋ ਗਈ ਸੀਗੀ, ਬੰਜਰ ਸੀਗੀ, ਮੈਂ ਅੱਜ ਤੋਂ 6 ਸਾਲ 7 ਸਾਲ ਪਹਿਲਾਂ ਆਇਆ ਸੀਗਾ ਉਦੋਂ ਤਾਂ ਆਹ ਵੀ ਸਾਰਾ ਜੰਗਲ ਹੀ ਹੁੰਦਾ ਸੀ, ਕੁਛ ਨਹੀਂ ਬਣਿਆ ਸੀਗਾ। ਇਹ ਵੀ ਆਹ ਹੁਣ ਲਾਈਟਾਂ ਲੂਟਾਂ ਸੜਕਾਂ ਅਤੇ ਆਹ ਸਾਰੀ ਬੈਰੀਗੇਟਿੰਗਸ ਵੀ ਕਰ ਦਿੱਤੀ ਹੋਈ ਹੈ, ਪਹਿਲਾਂ ਪੂਰਾ ਸਾਰਾ ਜੰਗਲ ਅਤੇ ਬੰਜਰ ਹੀ ਏਰੀਆ ਸੀਗਾ, ਹੁਣ ਇਹਨਾਂ ਕਾਫੀ ਹੱਦ ਤੱਕ ਸੋਹਣੀ ਬਣਾਤੀ ਹੈ। ਹੁਣ ਕਹਿ ਰਹੇ ਕਿ ਇਹਦੀ ਸਫਾਈ ਚੱਲ ਰਹੀ ਹੈ, ਸਫਾਈ ਕਰਕੇ ਜਿਵੇਂ ਪਹਿਲਾਂ ਬੋਟਿੰਗ ਦਿਖਾਇਆ ਸੀ, ਬੋਟਿੰਗ ਦਾ ਬੋਰਡ ਜ਼ਰੂਰ ਲੱਗਾ ਹੈ ਬਟ ਬੋਟਿੰਗ ਹੋ ਨਹੀਂ ਰਹੀ ਹੈ ਇੱਥੇ, ਅਤੇ ਬੋਟਿੰਗਸ ਵਗੈਰਾ ਵੀ ਓਪਨ ਕਰਨਗੇ ਅਤੇ ਰਾਤ ਦਾ ਤਾਂ ਮੈਨੂੰ ਲੱਗਦਾ ਹੋਰ ਹੀ ਵਧੀਆ ਹੋਏਗਾ ਕਿਉਂਕਿ ਇਹ ਲਾਈਟਸ ਵਗੈਰਾ ਬਲਬਸ ਵਗੈਰਾ ਬਹੁਤ ਸੋਹਣੇ ਲਾਤੇ ਹੋਏ ਆ ਇਹਨਾਂ ਨੇ। ਇੱਕ ਕਾਂਜਲੀ ਵੈਟਲੈਂਡ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਇਹਦੀ ਹਿਸਟਰੀ ਬਾਰੇ ਦੱਸਿਆ, ਜਿਹੜੀ 1870 'ਚ ਬਣੀ ਸੀਗੀ ਬਟ ਇਹਨੂੰ 2002 ਫੈਬ 'ਚ ਇਹਨੂੰ ਰਾਮਸਰ ਸਾਈਟ ਦਾ ਨਾਮ ਦੇ ਦਿੱਤਾ ਗਿਆ ਸੀ ਕਿਉਂਕਿ ਇਹ ਟੂਰਿਸਟ ਸਪੋਟ ਬਣਾ ਦਿੱਤੀ ਗਈ ਸੀ ਇੱਕ ਲੋਕਾਂ ਦੀ ਆਉਣ ਜਾਣ ਦੇ ਲਈ, ਬਟ ਉਸ ਟਾਈਮ ਵੀ ਇੰਨਾ ਡਿਵੈਲਪ ਨਹੀਂ ਸੀਗਾ ਅਤੇ ਚਲੋ ਇੱਕ ਹੱਦ ਤੱਕ ਲੋਕ ਇੱਥੇ ਆ ਜਾਂਦੇ ਸੀਗੇ ਕਿਉਂਕਿ ਇੱਕ ਫੋਰੈਸਟ ਡਿਪਾਰਟਮੈਂਟ ਦਾ ਏਰੀਆ ਹੀ ਹੈ ਅਤੇ ਪੇੜ ਬਹੁਤ ਜ਼ਿਆਦਾ ਹੈ ਇੱਥੇ, ਮਤਲਬ ਕਿ ਕਹਿ ਲਓ ਕਿ ਗਰਮੀ ਦਾ ਅਹਿਸਾਸ ਨਹੀਂ ਹੁੰਦਾ। ਹੁਣ ਤਾਂ ਕਾਫੀ ਹੱਦ ਤੱਕ ਇਹਨਾਂ ਨੇ ਸੋਹਣੀ ਬਣਾ ਦਿੱਤੀ ਗਈ ਹੈ ਇੱਥੇ, ਜਿੱਦਾਂ ਹੁਣ ਚੈੱਸ ਦਾ ਵੀ ਇਹਨਾਂ ਨੇ ਰੱਖ ਦਿੱਤਾ ਵਿੱਚ ਕਿ ਤੁਸੀਂ ਆ ਕੇ ਚੈੱਸ ਖੇਡੋ, ਜਾਂ ਉੱਥੇ ਝੂਲੇ ਵਗੈਰਾ ਬੱਚੇ ਲਾ ਦਿੱਤੇ, ਗਰਾਊਂਡ ਵਗੈਰਾ ਬਣਾ ਦਿੱਤਾ ਹੈ ਅਤੇ ਇੱਥੇ ਖਾਣ ਪੀਣ ਦਾ ਵੀ ਹੈਗਾ ਬਟ ਕਲੋਜ਼ਡ ਹੈ, ਮੈਨੂੰ ਲੱਗਦਾ ਕਿ ਸ਼ਾਇਦ ਬਣ ਗਿਆ ਕਿ ਜਾਂ ਬਣਨਾ, ਬਾਕੀ ਤਾਂ ਸਾਰਾ ਕੁਛ ਇਹੀ ਹੈ। ਸਾਹਮਣੇ ਦੇਖ ਸਕਦੇ ਹੋ ਸਾਰਾ ਫੋਰੈਸਟ ਡਿਪਾਰਟਮੈਂਟ ਦਾ ਏਰੀਆ, ਇਹ ਵੀ ਉੱਦਾਂ ਫੋਰੈਸਟ ਡਿਪਾਰਟਮੈਂਟ ਦਾ ਹੀ ਏਰੀਆ, ਅਤੇ ਸਾਹਮਣੇ ਸਾਈਡ ਵੀ ਜਾ ਕੇ ਆਪਾਂ ਥੋੜ੍ਹਾ ਦੇਖਦੇ ਹਾਂ। ਜਿਹੜੇ ਪ੍ਰਵਾਸੀ ਪੰਛੀਆਂ ਦੀ ਜਿਹੜੀ ਗੱਲ ਕਰ ਰਿਹਾ ਸੀ ਨਾ, ਉਹ ਹੁਣ ਇੱਥੇ ਥੋੜ੍ਹੇ ਦੇਖਣ ਨੂੰ ਮਿਲ ਗਏ। ਤੁਸੀਂ ਦੇਖ ਸਕਦੇ ਇੱਕ ਵਾਈਟ ਹੈ, ਇੱਕ ਆ ਜਿਹੜੀ ਡਕਸ ਵਗੈਰਾ ਨੇ, ਬਾਕੀ ਤੁਸੀਂ ਬੋਰਡ ਤੋਂ ਪੜ੍ਹ ਹੀ ਲਈ ਹੋਣਾ, ਮੈਨੂੰ ਇਹਦਾ ਮੈਂਸ਼ਨ ਨਹੀਂ ਹੈਗਾ ਮੈਨੂੰ ਕਿਹੜੀਆਂ ਨੇ ਪ੍ਰੋਪਰ, ਤੁਸੀਂ ਆਹ ਦੇਖ ਸਕਦੇ ਹੋ। ਤੁਸੀਂ ਆਹ ਦੇਖ ਸਕਦੇ ਹੋ ਇੱਥੇ ਦੀ ਗਰੀਨਰੀ ਕਿੰਨੀ ਹੀ ਜ਼ਿਆਦਾ ਹੈ। ਚਲੋ ਫੋਰੈਸਟ ਡਿਪਾਰਟਮੈਂਟ ਦਾ ਏਰੀਆ, ਓਬਵੀਅਸਲੀ ਗਰੀਨਰੀ ਤਾਂ ਹੋਣੀ ਹੈ ਅਤੇ ਇੱਕ ਟੂਰਿਸਟ ਸਪੋਟ ਵੀ ਬਣ ਗਈ ਇੱਥੇ ਦੇ। ਉਹ ਜਿੱਦਾਂ ਇੱਕ ਸਾਹਮਣੇ ਦੇਖ ਸਕਦੇ ਹੋ ਲਿਖਿਆ ਕਾਂਜਲੀ ਵੈਟਲੈਂਡ ਹੋਲੀ ਬਈ, ਕਿਉਂਕਿ ਇਹ ਸਾਰਾ ਰੋਕ ਕੇ ਬਣਾਇਆ ਗਿਆ ਸੀ। ਜਿਹੜੀ ਕਾਲੀ ਬਈ ਸੀਗੀ ਉਹ ਕਾਲੀ ਬਈ ਇੱਥੋਂ ਸਿੱਧੀ ਜਾਂਦੀ ਅੱਗੇ ਸੁਲਤਾਨਪੁਰ ਨੂੰ, ਜਿਹੜੀ ਕਿ ਸੁਲਤਾਨਪੁਰ ਬੇਰ ਸਾਹਿਬ ਗੁਰਦੁਆਰਾ ਨਾਲ ਹੀ ਲੰਘਦੀ ਹੈ ਅਤੇ ਉੱਥੇ ਜਿਹੜੇ ਹੁਣ ਆਪਣੇ ਸੀਗੇ ਸੰਤ ਸੀਚੇਵਾਲ, ਉਹਨਾਂ ਨੇ ਜਿਹੜੀ ਸਾਰੀ ਸਾਫ਼ ਕਰਕੇ ਅਤੇ ਇੱਕ ਸ਼ੁੱਧ ਅਤੇ ਸਵੱਛ ਪਾਣੀ ਬਣਾਇਆ ਸੀਗਾ, ਸਾਫ਼ ਪਾਣੀ ਸੀਗਾ
ਤੇ ਉੱਥੇ ਹੀ ਉਹਨਾਂ ਬੈਰੇਜ ਲਾ ਕੇ ਇੱਥੇ ਪਾਣੀ ਰੋਕਿਆ ਗਿਆ ਸੀਗਾ ਕਿ ਜਿਹੜਾ ਹੋਮ ਹਿਊਮਨ ਮੇਡ ਜਿਹੜੀ ਸੀਗੀ ਉਹ ਆ ਸਾਰੀ ਬਣਾਈ ਗਈ ਸੀਗੀ ਵੈਟਲੈਂਡ। ਇਹੋ ਸੀਗਾ ਸਾਰਾ ਕਾਂਜਲੀ ਵੈਟਲੈਂਡ ਦਾ ਤੁਹਾਨੂੰ ਜਿਹੜਾ ਅੱਜ ਦਿਖਾਇਆ। ਅੱਜ ਜਿੰਨਾ ਵੀ ਕਾਂਜਲੀ ਵੈਟਲੈਂਡ ਦਾ ਟੂਰ ਕਰਵਾਇਆ, ਕਿਉਂਕਿ ਮੈਂ ਅੱਜ ਤੋਂ 6-7 ਸਾਲ ਪਹਿਲਾਂ ਆਇਆ ਸੀਗਾ ਇੱਥੇ, ਅਤੇ ਉਸ ਟਾਈਮ ਤੱਕ ਤਾਂ ਬਹੁਤ ਹੀ ਬੰਜਰ, ਬਹੁਤ ਹੀ ਖਾਲੀ ਸੀਗਾ। ਹੁਣ ਤਾਂ ਕਾਫੀ ਹੱਦ ਤੱਕ ਡਿਵੈਲਪ ਹੋ ਚੁੱਕਿਆ, ਕਿਉਂਕਿ ਮੈਂ ਅੰਦਰ ਪੁੱਛਿਆ ਇਹ ਹੁਣ ਇੱਕ ਨਾ ਅੱਗੇ ਪ੍ਰਾਈਵੇਟ ਹੱਥਾਂ ਨੂੰ ਦੇ ਦਿੱਤਾ ਗਿਆ, ਪ੍ਰਾਈਵੇਟ ਜਣਿਆਂ ਨੂੰ ਦੇ ਦਿੱਤਾ ਗਿਆ। ਉੱਦਾਂ ਇਹ ਸਾਰਾ ਲੈਂਡ ਡਿਪਾਰਟਮੈਂਟ ਹੈਗਾ, ਫੋਰੈਸਟ ਡਿਪਾਰਟਮੈਂਟ ਦੇ ਅੰਡਰ ਹੈ, ਅਤੇ ਬਹੁਤ ਹੱਦ ਤੱਕ ਸੋਹਣਾ ਬਣਾਤਾ ਹੈ, ਅਤੇ ਅੱਗੇ ਵੀ ਹੋਰ ਡਿਵੈਲਪਮੈਂਟ ਕਰ ਰਹੇ ਨੇ। ਅਤੇ ਹੁਣ ਤੱਕ ਦਾ ਇੰਨਾ ਸੀਗਾ, ਅਤੇ ਬਾਕੀ ਅੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰਿਓ, ਅਤੇ ਆਈ ਹੋਪ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ। ਥੈਂਕ ਯੂ।